ਅੱਜ ਮੈਂ ਕੁਕਿੰਗ ਇਸ ਕਰਕੇ ਨਹੀਂ ਕਰ ਰਿਹਾ ਬਿਕੋਜ਼ ਮੈਂ ਗੱਡੀ ਚ ਆ ਯਾਰ। ਅੰਮੀ ਅਸ਼ੋਕ ਚੱਕਰ ਚ ਕਿੰਨੀ ਲਾਈਨਾਂ ਹੁੰਦੀਆਂ? ਅਸ਼ੋਕ ਚੱਕਰ ਚ ਕਿੰਨੀ ਲਾਈਨਾਂ ਹੁੰਦੀਆਂ? ਇਹ ਆ ਗਈ ਉਗਲਵਾਦੀ, ਉਗਲਵਾਦੀ, ਇਹਨਾਂ ਨੂੰ ਅਸ਼ੋਕ ਚੱਕਰ ਬਾਰੇ ਨੀ ਪਤਾ ਉਗਲਵਾਦੀ ਗੱਡੀ ਕਿਆ। ਭਾਈ ਆਪਾਂ ਗੱਡੀ ਟੈਰਰਿਸਟ ਲੈ ਕੇ ਘੁੰਮਦੇ ਪਏ ਹੋ ਤੁਸੀਂ? ਕਿੱਥੇ ਆਏ ਤੁਸੀਂ? ਹਾਂ ਵਿਆਹ ਹੋਣ ਡਿਆ ਪਾਪਾ ਦਾ ਤੁਹਾਡੇ? ਸੋਰੀ ਮਿਸਟਰ ਦਿਨੇਸ਼, ਮਿਸਟਰ ਦਿਨੇਸ਼ ਆਈ ਐਮ ਸੋਰੀ। ਕਿਆ ਉਖਾੜਾ ਹੈ ਆਪਣੀ ਆਪਣੀ ਜ਼ਿੰਦਗੀ ਮੇ? 10 ਸਾਲ ਚ ਤੁਹਾਨੂੰ ਕਿੱਦਾਂ ਦੀ ਮਤਲਬ ਕੀ ਸਿੱਖਿਆ ਦੀ ਗੱਡੀ ਤੋਂ? ਪਰ ਹੁਣ ਮੈਨੂੰ ਕਰਨਾ ਸਲੋ ਬਿਕੋਜ਼ ਮੈਂ ਵਲੌਗ ਬਣਾਉਣ ਡਿਆ। ਤੁਹਾਡਾ ਤੇ ਵਲੌਗ ਆਣਾ ਨਹੀਂ ਸੋਨੀਆ ਠਾਕੁਰ ਵਲੌਗਸ? ਓਏ ਸੋਨੀਆ, ਤੂੰ ਕੁੜੀਆ ਇੱਕ ਬੱਚਾ ਸਾਂਭਦੀ ਹੈ, ਆਪਾਂ ਤੇ ਪਾਗਲ ਹੈ, ਪਰ ਜ਼ਿੰਦਗੀ ਚ ਕੀਤਾ ਨਹੀਂ ਨਾ ਸਾਰੇ ਖਾਣ ਦੇ ਤੇ ਮੈਂ ਤੇ ਮਿੱਕਾ ਭਾਈ ਇੱਕ ਪਲੇਟ ਚ। ਭਾਈ ਮੈਂ ਤੁਹਾਨੂੰ ਆਪਣੇ ਹੱਥਾਂ ਨਾਲ ਬੁਰਕੀ ਖਵਾਵਾਂ। ਆਈ ਲਵ ਯੂ ਭਾਈ, ਭਾਈ ਆਈ ਲਵ ਯੂ, ਫੜੋ। ਕੋਈ ਗਲਤ ਗੱਲ ਨਹੀਂ ਗਈ ਨਾ, ਪਿੱਛੇ ਬੈਠੇ ਦੇ ਵੱਡੇ ਤੋਂ ਵੱਡੇ ਕਰੈਕਟਰ, ਉੱਥੇ ਨਾਨੀ ਮੰਮਾ ਭਾਬੀ ਬੂਬੂ ਮੰਮੀ ਗੁੜੀਆ ਲੱਡੂ ਪਾਪਾ ਮੰਮੀ ਮੁਕੇਸ਼ ਭਾਈ ਅੰਕੂ ਭਈਆ ਅੰਸ਼ੂ ਤੇ ਮਿੱਕਾ ਭਾਈ। ਮਿੱਕਾ ਭਾਈ ਕੀ ਪਲਾਨ ਹੈ, ਕਿੱਥੇ ਲੈ ਕੇ ਜਾ ਰਹੇ ਭਾਈ? ਇੱਧਰ ਚੱਲੋ ਨਾ, ਸ਼ਹਿਰ ਤੋਂ ਬਾਹਰ ਜਾਣਾ ਨਾ ਆਪਾਂ। ਤੇ ਮਿੰਨੀ ਗੋਆ ਕਿੱਥੇ ਦੇਖਣ ਨੂੰ ਫਿਰਦੇ ਪਏ ਹੋ? ਕੌਣ ਸਾ ਮਿੰਨੀ ਗੋਆ? ਭਾਈ ਪਠਾਨਕੋਟ ਉਹਨਾਂ ਜਾਣਾ ਆਪਾਂ? ਹੈਂ ਭਾਈ ਉਹ ਸਮੈਲ ਜੀ ਆਈ ਹੁਣੇ ਭਾਈ, ਸੱਚੀ ਯਾਰ ਬਿੱਲਾ ਭਾਈ ਮੰਮੀ ਪੱਤ ਮਾਰਦੇ ਪਈ ਹੈ ਭਾਈ। ਮਿੱਕਾ ਭਾਈ ਆਕਸੀਜਨ ਸਿਲੰਡਰ ਨਾਲ ਲਿਆਏ ਹੋ? ਇਹਨਾਂ ਨੂੰ ਮਾਰਦਾ ਭਾਈ, ਇਹ ਬਹੁਤ ਗਲਤ ਹੈ। ਨਾਸਾ ਵਾਲੇ ਇਹਨਾਂ ਟੂਈ ਤੇ ਐਕਸਪੈਰੀਮੈਂਟ ਕਰਦੇ ਪਏ ਆ ਭਾਈ, ਬਹੁਤ ਗੰਦੀ ਸਮੈਲ ਭਰੀ ਦੀ ਨਾ ਅੰਦਰ ਭਾਈ। ਇਹ ਨਾ ਕਰਿਆ ਕਰੋ ਭਾਈ, ਬਿਲਕੁਲ ਵੀ ਨੀ ਆਂਡੀ, ਬਿਲਕੁਲ ਵੀ ਨੀ ਆਂਡੀ, ਸੋਹ ਲੱਗੇ ਰੱਬ ਦੀ, ਬਿਲਕੁਲ ਨੀ ਆਂਡੀ। ਸੋ ਗਾਇਸ ਕੁਕਿੰਗ ਕਿਉਂ ਨਹੀਂ ਕਰ ਰਿਹਾ? ਅੱਜ ਮੈਂ ਕੁਕਿੰਗ ਇਸ ਕਰਕੇ ਨਹੀਂ ਕਰ ਰਿਹਾ ਬਿਕੋਜ਼ ਮੈਂ ਗੱਡੀ 'ਚ ਆ ਯਾਰ, ਗੱਡੀ 'ਚ ਉੱਤਰ ਕੇ ਕੁਕਿੰਗ ਕਰਾਂਗਾ। ਸੋ ਮੈਂ ਇਹ ਜਿਹੜਾ ਵਲੌਗ ਹੈ ਇੱਥੇ ਮੈਂ ਬੋਲਦਾ 8-9 ਮਿੰਟ ਲਗਾਤਾਰ, ਇਹ ਮੈਂ ਇੱਦਾਂ ਹੀ ਛੱਡ ਦੇਣਾ, ਨੋ ਕੱਟ ਨੋ ਰੀਟੇਕ ਨੋ ਕੁਛ ਵੀ ਨਹੀਂ। ਸੋ ਗਾਇਸ ਮੈਨੂੰ ਲਗਾਤਾਰ ਬੋਲੋ। ਮੁਕੇਸ਼ ਭਾਈ ਆਪਣੀ ਇੱਕ ਗੱਲ ਸੁਣਾਓ, ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਕੀ ਕੀਤਾ ਦੱਸੋ ਭਾਈ, ਹੱਸਦੇ ਕੀ ਪਏ ਹੋ ਦੱਸੋ ਦੱਸੋ ਭਾਈ, ਭਾਈ ਮੈਨੂੰ ਦੱਸੋ, ਮੈਂ ਜਾਣਨਾ ਚਾਹੁੰਦਾ ਭਾਈ, ਮੈਂ ਪੁੱਛਦਾ ਪਿਆ ਕੁਛ। ਹਾਂ ਮੁਕੇਸ਼ ਭਾਈ, ਹਾਂਜੀ ਮੰਮੀ, ਆਜ ਤੱਕ ਆਪਣੀ ਜ਼ਿੰਦਗੀ ਮੈਂ ਕੀਆ ਗਿਆ ਹੈ, ਕਿਆ ਉਖਾੜਾ ਹੈ ਆਪਣੀ ਆਪਣੀ ਜ਼ਿੰਦਗੀ ਮੈਂ? ਦੀਪਾ ਮਿੱਕਾ ਭਾਈ ਤੁਹਾਨੂੰ 10 ਸਾਲ ਹੋ ਗਏ ਗੱਡੀ ਚਲਾਉਂਦੇ, 10 ਸਾਲ ਚ ਤੁਹਾਨੂੰ, 10 ਸਾਲ ਚ ਤੁਹਾਨੂੰ ਕਿੱਦਾਂ ਦੀ ਮਤਲਬ ਕੀ ਸਿੱਖਿਆ ਦੀ ਗੱਡੀ ਤੋਂ? ਸੋ ਗਾਇਸ ਭਾਈ ਹੋ ਚੁੱਕੇ ਗੁੰਗੇ, ਭਾਈ ਕੁਛ ਨਹੀਂ ਬੋਲਦੇ ਪਏ ਬਿਕੋਜ਼ ਭਾਈ ਨੇ 10 ਸਾਲ ਤੋਂ ਗੱਡੀ ਚਲਾਈ ਨਹੀਂ, ਭਾਈ ਨੇ ਬੋਲਿਆ ਮੇਰੇ ਨਾਲ ਝੂਠ। ਸਹੀ ਗੱਲ ਕੀ ਨਹੀਂ ਭਾਈ?
ਮੈਂ ਕੋਈ ਗਲਤ ਗੱਲ ਨਹੀਂ ਭਾਈ ਹੋ ਚੁੱਕੇ ਗੁੰਗੇ ਭਾਈ ਨੂੰ ਇੱਕ ਸ਼ਬਦ ਨਹੀਂ ਆਣ ਡਿਆ ਭਾਈ ਤੁਸੀਂ ਕੈਨੇਡਾ ਵੀ ਗੱਡੀ ਚ ਲਾ ਕੇ ਆਏ ਹੋ ਡਾਲਰ ਦੀ ਗੱਡੀ ਚ ਰੱਖੇ ਦੇ ਆ ਕਿਆ ਬਾਤ ਹੈ ਭਾਈ ਆ ਕਿ ਸਾਮੀ ਯੂਐਸ ਡਾਲਰ ਹੈ ਭਾਈ ਯੂਐਸ ਤੋਂ ਵੀ ਆਏ ਹੋ ਤੁਸੀਂ ਹੁਣ ਠੀਕ ਹੈ ਅਰਮਾਨ ਠਾਕੁਰ ਤੁਸੀਂ ਮੈਨੂੰ ਇੰਟਰ ਭਾਈ ਭਾਬੀ ਕੀ ਕਹਿੰਦੇ ਉਹਨੂੰ ਜਿਹੜੇ ਮੈਂ ਟੋਕਦੇ ਉਹਨੂੰ ਇੰਗਲਿਸ਼ ਚ ਕੀ ਕਹਿੰਦੇ ਆ ਇਨਕਰੈਪਟ ਨਹੀਂ ਜਲਦੀ ਬੋਲੋ ਨਹੀਂ ਮੈਨੂੰ ਟੋਕਦੇ ਵੇ ਵਿੱਚ ਟੋਕਦੇ ਵੀ ਹੈ ਡੋਂਟ ਇੰਟਰਪਟ ਮੀ ਮਿਸਟਰ ਅਰਮਾਨ ਠਾਕੁਰ ਮੈਂ ਹੈਗਾ ਲੋਡ ਅੰਸ਼ੂ ਤੇ ਮੈਂ ਕੁਛ ਵੀ ਕਰ ਸਕਦਾ ਭਾਈ ਮੈਂ ਤੁਹਾਡੀ ਗੱਡੀ ਦੀ ਬੱਤੀਆਂ ਦੇਖਣਾ ਚਾਹੁੰਦਾ ਕਦੀ ਓਨ ਕਰੀ ਹਾਂ ਜਗਮਗ 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 ਭਾਈ ਤੁਹਾਡਾ ਪਲਾਨ ਕਿੱਥੋਂ ਆਇਆ ਤੁਹਾਡੀ ਗੱਡੀ ਚ ਏਦਾਂ ਦੀ ਲਾਈਟਾਂ ਲਵਾਉਣ ਦਾ ਪੱਗਾ ਤੁਸੀਂ ਮੇਰਾ ਵਲੋਗ ਦੇਖਿਆ ਘਰ ਵਾਲਾ ਪੱਗਾ ਤੁਸੀਂ ਮੇਰਾ ਰੂਮ ਡੈਕੋਰੇਸ਼ਨ ਵਾਲਾ ਰੂਮ ਦੇਖਿਆ ਫੜੇ ਗਏ ਮਿੱਕਾ ਭਾਜੀ ਫੜੇ ਗਏ ਤੁਹਾਡਾ ਵਲੋਗ ਆਣਾ ਨੀ ਸੋਨੀਆ ਠਾਕੁਰ ਵਲੋਗਸ ਓਏ ਸੋਨੀਆ ਤੁਹਾਡਾ ਵਲੋਗ ਕਿਉਂ ਨੀ ਆਣ ਡਿਆ ਤੁਹਾਡਾ ਵਲੋਗ ਕਿਉਂ ਨੀ ਆ ਰਿਹਾ ਐਡਿਟ ਬਾਸ ਇਹਨੇ ਦੋ ਜਿਹੜੀ ਕੁੜੀਆਂ ਰੱਖੀ ਨਾ ਘਰੇ ਉਹਨਾਂ ਨੇ ਬੱਚਾ ਸਾਹਮਣੇ ਰੱਖਿਆ ਇੱਕ ਹੀ ਕੁੜੀ ਦੋ ਬੱਚੇ ਸਾਂਭਦੀ ਹੈ ਨਹੀਂ ਦੋ ਕੁੜੀਆਂ ਇੱਕ ਬੱਚਾ ਸਾਂਭਦੀ ਹੈ ਆਪਾਂ ਤੇ ਪਾਗਲ ਹੈ ਆਪਾਂ ਤੇ ਜ਼ਿੰਦਗੀ ਚ ਕੀਤਾ ਨਹੀਂ ਹੈ ਨਾ ਸਾਡਾ ਤੇ ਨਿਆਣੇ ਨਹੀਂ ਹੋਏ ਹੈਨਾ ਮੰਮੀ ਮੇਰੀ ਗੱਲ ਸੁਣੋ ਮੰਮੀ ਭਾਈ ਤੁਸੀਂ ਗੱਲ ਕਰੋ ਮੇਰੇ ਨਾਲ ਤੁਸੀਂ ਜ਼ਿੰਦਗੀ ਤੋਂ ਕੀ ਕੀਤਾ ਹੁਣ ਤੱਕ ਮੈਂ ਜ਼ਿੰਦਗੀ ਦੇ ਵਿੱਚ ਕਾਫੀ ਹੱਦ ਤੱਕ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਪਰ ਜ਼ਿੰਦਗੀ ਬਹੁਤ ਵਧੀਆ ਗੱਲ ਹੈਗੀ ਜ਼ਿੰਦਗੀ ਇੱਕ ਏਦਾਂ ਦੀ ਗੱਲ ਹੈ ਕਿ ਜ਼ਿੰਦਗੀ ਪਹਾੜਾਂ ਦੇ ਵਿੱਚ ਵੀ ਬੜੀ ਜ਼ਿੰਦਗੀ ਮਹਿਰ ਵਾਲੇ ਪਾਸੇ ਵੀ ਬੜੀ ਵਧੀਆ ਮੈਨੂੰ ਪਤਾ ਮੈਂ ਬੁੱਧੂ ਗੱਲਾਂ ਕਰ ਰਿਹਾ ਮੈਂ ਜ਼ਿੰਦਗੀ ਭਾਈ ਮੈਨੂੰ ਇੱਕ ਸਵਾਲ ਪੁੱਛਣਾ ਚਾਹੂੰਗਾ ਚਲੋ ਭਾਈ KBC ਖੇਲਦੇ ਆ ਠੀਕ ਹੈ ਕੌਣ ਮੰਨੇਗਾ ਕਰੋੜਪਤੀ ਖੇਲਦੇ ਆ ਠੀਕ ਹੈ ਅੱਛਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਿੰਦੁਸਤਾਨ ਦੇ ਜਿਹੜਾ ਅਸ਼ੋਕ ਚੱਕਰ ਹੁੰਦਾ ਉਹ 'ਚ ਕਿੰਨੇ ਡੰਡੇ ਹੁੰਦੇ ਆ ਭਾਈ 26 27 23 24 26 ਭਾਈ 27 ਭਾਈ ਇੱਕ ਮਿੰਟ ਸੱਚੀ ਦੱਸਾਂ ਆਨਸਰ ਮੈਨੂੰ ਵੀ ਨਹੀਂ ਪਤਾ ਮੈਂ ਕਿਹਨਾਂ ਪਿੱਛੋਂ ਪੁੱਛਣਾ ਅੰਮੀ ਅਸ਼ੋਕ ਚੱਕਰ 'ਚ ਕਿੰਨੀ ਲਾਈਨਾਂ ਹੁੰਦੀਆਂ ਅਸ਼ੋਕ ਚੱਕਰ 'ਚ ਕਿੰਨੀ ਲਾਈਨਾਂ ਹੁੰਦੀਆਂ ਇਹ ਆ ਗਈ ਉਗਲਵਾਦੀ ਉਗਲਵਾਦੀ ਇਹਨਾਂ ਨੂੰ ਅਸ਼ੋਕ ਚੱਕਰ ਬਾਰੇ ਨਹੀਂ ਪਤਾ ਉਗਲਵਾਦੀ ਗੱਡੀ ਕਿਆ ਭਾਈ ਆਪਾਂ ਗੱਡੀ ਟੈਰਰਿਸਟ ਲੈ ਕੇ ਘੁੰਮਦੇ ਪਏ ਹੋ ਤੁਸੀਂ ਅਸ਼ੋਕ ਚੱਕਰ ਨਹੀਂ ਅੰਮਾ ਅਸ਼ੋਕ ਚੱਕਰ 'ਚ ਕਿੰਨੇ ਡੰਡੇ ਹੁੰਦੇ ਆ ਹਾਂ 24 ਸੋ ਗਾਈਸ ਇਹ ਜਿਹੜਾ ਹੈਗਾ ਕੌਣ ਬਣੇਗਾ ਕਰੋੜਪਤੀ ਦਾ ਜਿਹੜਾ ਪਹਿਲਾ ਸਵਾਲ ਹੈਗਾ ਉਹ ਮੁਕੇਸ਼ ਭਾਈ ਜਿੱਤ ਚੁੱਕੇ ਆ ਬਿਕੋਜ਼ ਇਹਨਾਂ 26 ਗਿਆ ਸੀ ਯਾਰ ਮੇਰਾ ਐਡਿਟ ਕਰਨ ਦਾ ਮਨ ਨਹੀਂ ਆ ਮੈਨੂੰ ਐਡਿਟ ਕਰਨਾ ਹੀ ਪੈਣਾ ਪਾਪਾ ਨੇ ਵਿੱਚ ਨਾ ਇੰਟਰਪਟ ਕਰਤਾ ਮੈਨੂੰ ਸੋ ਗਾਈਸ ਭਾਈ ਅਗਲਾ ਸਵਾਲ ਮੈਂ ਪੁੱਛਣਾ ਚਾਹਾਂਗਾ ਦੋਨਾਂ ਨੂੰ ਪੁੱਛਦਾ ਹਿੰਦੁਸਤਾਨ ਦੇ ਝੰਡੇ 'ਚ ਕਿੰਨੇ ਰੰਗ ਹੁੰਦੇ ਆ ਕਿਹੜੇ ਕਿਹੜੇ ਸੈਫਰੀਨ ਵਾਈਟ ਗ੍ਰੀਨ ਖਾਕੀ ਇੰਨੀ ਖਾਕੀ ਨਹੀਂ ਕੇਸਰੀ ਚਿੱਟਾ ਤੇ ਹਰਾ ਤੇ ਅਸ਼ੋਕ ਚੱਕਰ ਦਾ ਰੰਗ ਕਿਹੜਾ ਹੁੰਦਾ ਬਲੂ ਓਕੇ ਨਾਈਸ ਸੋ ਗਾਈਸ ਮੈਂ ਇਹਨਾਂ ਨੂੰ ਦੂਜਾ ਸਵਾਲ ਪੁੱਛਣ ਲੱਗਾ ਗੈਟ ਰੈਡੀ ਅੱਧੇ ਵੀਡੀਓ ਨਾਲ ਬੰਨੇ ਰਹੋ ਮੁਕੇਸ਼ ਭਾਈ ਤੁਹਾਡੇ ਹਾਂਜੀ ਖਾਣੇ ਆ ਯਾਰ ਸ਼ਰਮ ਨਹੀਂ ਆਉਂਦੀ ਘਰ ਜਾਣ ਨੂੰ ਭਾਈ ਤੁਹਾਨੂੰ ਸੱਚੀ ਦੱਸਿਓ ਕੱਲ੍ਹ ਕਿੰਨੇ ਵਜੇ ਗਏ ਕਿੰਨੇ ਵਜੇ ਆਉਣਾ 5 ਵਜੇ ਤੇ ਆਪਾਂ ਨਿਕਲਦੇ ਕਿੰਨੇ ਵਜੇ ਪਏ ਆ ਸਾਢੇ ਗਿਆਰਾਂ ਭਾਈ ਇਹਨਾਂ ਨੂੰ ਪਰ ਘੰਟੇ ਦਾ 5000 ਰੁਪਇਆ ਲੈਣਾ ਤੁਸੀਂ ਦੁਖੀ ਕਿਤੇ ਭਾਈ ਛੋਲੇ ਭਟੂਰੇ ਖਾਓਗੇ ਭਾਈ ਇੱਕ ਪਲੇਟ ਮੇਰੇ ਨਾਲ
ਅੱਧੀ ਅੱਧੀ ਮੱਕਾ ਭਾਈ ਮੰਨ ਗਏ ਭਾਈ ਅੱਗੋਂ ਲੈਫਟ ਮੋੜ ਲਿਓ ਨਹੀਂ ਰਾਈਟ ਮੋੜ ਲਿਓ ਮਿੱਕਾ ਭਾਈ ਚਲੋ ਆ ਛੋਲੇ ਭਟੂਰੇ ਖਾਂਦੇ ਆ ਤੁਹਾਨੂੰ ਮੈਂ ਜਲੰਧਰ ਦੇ ਬੈਸਟ ਛੋਲੇ ਭਟੂਰੇ ਖਵਾ ਲੱਗਾ ਨਹੀਂ ਚਿੰਤਾ ਨਾ ਕਰੋ ਮੈਂ ਇੱਕ ਰੁਪਿਆ ਨਹੀਂ ਲਵਾਂਗਾ ਇੱਧਰ ਨੂੰ ਮੋੜੋ ਮਜ਼ਾ ਆਜੂਗਾ ਕਿੰਨੀ ਪਲੇਟਾਂ ਕਰਾਵਾਂ ਕਿੰਨੀ ਪਲੇਟਾਂ ਇੱਕ ਪਲੇਟ ਤੀਹ ਇੱਕ ਪਲੇਟ ਸਾਰੇ ਖਾਓਗੇ ਨਾ ਸੁਣੋ ਭਾਈ ਸਿੱਧਾ ਜਾਣ ਦੋ ਕਿੰਨੀ ਪਲੇਟਾਂ ਕਰਾਵਾਂ ਫਿਰ ਥੋੜਾ ਸਾਈਡ ਕਰਾ ਦੋ ਸਿੱਧੀ ਲਾ ਦੀ ਇੱਥੇ ਸਾਈਡ ਕਰਾ ਦੋ ਓਕੇ ਸੁਖੇ ਸਿੰਘ ਨੂੰ ਮੈਂ ਕਰਦਾ ਫਟਾਫਟ ਬੰਦ ਠੀਕ ਹੈ ਤੇ ਜਿਹੜਾ ਤੁਸੀਂ ਆਪਣਾ ਵਲੋਗ ਦੇਦੇ ਪਿਓ ਨਾ ਇਹ ਤੁਸੀਂ ਮੰਨੋਗੇ ਕਿ ਮੈਂ ਬਹੁਤ ਜਲਦੀ ਸ਼ੂਟ ਕੀਤਾ ਹਾਂਜੀ ਭਾਬੀ ਓਏ ਮੇਰਾ ਫੋਨ ਲੱਗ ਗਿਆ ਕਿਆ ਬੋਲ ਰਹੇ ਹੋ ਕਿੱਥੇ ਆਏ ਤੁਸੀਂ ਹਾਂ ਵਿਆਹ ਹੁੰਦੇ ਆ ਪਾਪਾ ਦਾ ਤੁਹਾਡੇ ਸੋਰੀ ਮਿਸਟਰ ਦਿਨੇਸ਼ ਆਈ ਐਮ ਸੋਰੀ ਅਗਦੀ ਵਲੋਗ ਦੇ ਪਿਆ ਮੈਂ ਮਾਫੀ ਚਾਹੁੰਦਾ ਆਈ ਲਵ ਯੂ ਆਈ ਰਿਸਪੈਕਟ ਫਰੋਮ ਯੂ ਫੋਰ ਬੋਟਮ ਮਾਈ ਫਵਾਟ ਠੀਕ ਹੈ ਹੁਣ ਸਾਡੇ ਚ ਤੁਸੀਂ ਬੜਾ ਦੇਖੋ ਭਾਬੀ ਆਪਣੇ ਸੋਰਾ ਜੀ ਦੀ ਗੱਲ ਤੇ ਦੱਸ ਦੇਵੇ ਆ ਤੁਹਾਨੂੰ ਮੈਂ ਕਿੱਦਾਂ ਦਾ ਲੱਗਾ ਭਾਈ ਤੁਹਾਨੂੰ ਕਾਹਤੋਂ ਆਸਾਨ ਉਹਨਾਂ ਨੂੰ ਮੈਂ ਵਧੀਆ ਲੱਗਿਆ ਤੁਸੀਂ ਕਾਹਤੋਂ ਹੱਸਦੇ ਪਏ ਫੁੱਦੂ ਬੰਦਾ ਭਾਈ ਨੂੰ ਪਤਾ ਨੀ ਕਿੱਦਾਂ ਵਧੀਆ ਲੱਗਾ ਨਹੀਂ ਕੱਟਣਾ ਛੋਲੇ ਭਟੂਰੇ ਆ ਜਾਣ ਤੇ ਮੈਂ ਫਿਰ ਤੁਹਾਨੂੰ ਮਿਲਦਾ ਸਾਡੇ ਛੋਲੇ ਭਟੂਰੇ ਆ ਚੁੱਕੇ ਤੁਸੀਂ ਦੇਖ ਸਕਦੇ ਹੋ ਸਾਰੇ ਖਾਣੇ ਤੇ ਮੈਂ ਤੇ ਮਿੱਕਾ ਭਾਈ ਇੱਕ ਪਲੇਟ ਚਾਹੁੰਦਾ ਭਾਈ ਮੈਂ ਤੁਹਾਨੂੰ ਆਪਣੇ ਹੱਥਾਂ ਨਾਲ ਬੁਰਕੀ ਖਵਾਵਾਂ ਭਾਈ ਬਹੁਤ ਮਨ ਕਰਦਾ ਪਿਆ ਯਾਰ ਭਾਈ ਨਾ ਕਰਿਆ ਕਰੋ ਭਾਈ ਦੇਖੋ ਪਿਆਰ ਵੰਡਣ ਨਾਲ ਹੀ ਵੱਧਦਾ ਮਿੱਕਾ ਭਾਈ ਆਈ ਲਵ ਯੂ ਭਾਈ ਭਾਈ ਆਈ ਲਵ ਯੂ ਫੜੋ ਮਿੱਕਾ ਭਾਈ ਆਏ ਆਈ 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 ਓ ਖਾ ਲਓ ਭਾਈ ਟੇਸਟ ਕਰੋ ਬਹੁਤ ਸ਼ਾਨਦਾਰ ਭਟੂਰੇ ਦੇ ਇਹ ਭਟੂਰਾ ਫੜੋ ਤੁਹਾਡਾ ਮੈਂ ਛਿਲਦਾ ਭਾਈ ਤੁਸੀਂ ਨਹੀਂ ਇੰਨਾ ਸ਼ੇਅਰ ਕਰੋਗੇ ਨਹੀਂ ਨਹੀਂ ਖਾ ਦੋ ਮਿੱਕੇ ਭਾਈ ਨਾ ਸੋ ਗਾਇਸ ਮੈਂ ਲਾਉਣਾ ਟਾਈਮ ਲੈ ਤੇਰੀ ਖਾ ਲਓ ਮੈਨੂੰ ਹੁਣ ਆਪਾਂ ਖਾ ਪੀ ਕੇ ਇੱਕਦਮ ਨਿਕਲ ਚੁੱਕੇ ਹਾਂ ਤੇ ਆਪਾਂ ਹੁਣੇ ਦੇਖਿਆ ਕਿ ਇੱਥੇ ਹੜਤਾਲ ਲੱਗੀ ਦੀ ਕੋਈ ਚੀਜ਼ ਦੀ ਕਾਫੀ ਰਸ਼ ਹੋਇਆ ਇੱਥੇ ਹੜਤਾਲ ਦੀ ਚੀਜ਼ ਪਾਣੀ ਦੇ ਕਰਕੇ ਉਹ ਤੇਰਾ ਬੜਾ ਹੋਏ ਅੱਛਾ ਪਹਿਲਾਂ ਇਹਦੇ ਕਰਕੇ ਲਈ ਦੀ ਹੈ ਕਿ ਰੋਡ ਕਿੱਦਾਂ ਦੇ ਬਣਾਏ ਦੇ ਆ ਜਾਇਜ਼ ਆ ਭਾਈ ਜਾਇਜ਼ ਇੱਕਦਮ ਜਾਇਜ਼ ਆ ਸਾਡਾ ਜਲੰਧਰ ਸ਼ਹਿਰ ਨਾਲ ਸਾਫ਼ ਸੁਥਰਾ ਇੱਥੇ ਸਮਾਰਟ ਸਿਟੀ ਵਿੱਚ ਕਿਲਾਇਆ ਜਾਂਦਾ ਇੱਦਾਂ ਇੱਦਾਂ ਦੇ ਕੰਮ ਨਹੀਂ ਹੋਣੇ ਚਾਹੀਦੇ ਸੋ ਗਾਇਸ ਆਪਾਂ ਤੁਹਾਨੂੰ ਮਿਲਦੇ ਨਹੀਂ ਮੈਂ ਤੁਹਾਨੂੰ ਮਿਲਦਾ ਨਵੇਂ ਵਲੌਗ ਦੇ ਵਿੱਚ ਇਹਨੂੰ ਮੈਂ ਗੱਲ ਕਰਕੇ ਸਮਾਂ ਇੰਜੋਏ ਕਰ ਮੈਨੂੰ ਤੁਹਾਨੂੰ ਹਾਸਾ ਆਉਣਾ ਤੇ ਮਿੱਕਾ ਭਾਜੀ 5 ਦਿਨ ਹੁਣ ਤੁਹਾਡੇ ਨਾਲ ਮਸਤੀ ਕਰਾਂਗਾ ਮੈਂ ਇੱਦਾਂ ਸਮਾਈਲ ਕਰੀਏ ਫਿਰ ਉੱਤੇ ਉੱਤੇ ਭਾਈ ਉੱਤੇ ਉੱਤੇ ਚਲੋ ਗਾਇਸ ਮਿਲਦੇ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਟੇਕ ਕੇਅਰ ਧਿਆਨ ਰੱਖਿਓ ਆਪਣਾ ਸਾਰਾ ਤੇ ਕਿਚਨ ਸਾਫ਼ ਕਰਨ ਨਾ ਭੁੱਲੋ ਸਮਾਨ ਕਿੱਥੇ ਬਣਾਇਆ ਜਿਹੜੀ ਕਿਚਨ ਸਾਫ਼ ਕਰਨੀ ਹੈ ਬੇਕਾਰ ਗੱਲਾਂ ਕਰਦਾ ਅੰਸ਼ੂ ਤੂੰ ਮਿਲਦੇ ਨਵੇਂ ਵਲੌਗ 'ਚ ਬਾਏ ਬਾਏ ਟੇਕ ਕੇਅਰ